जिथे अर्जुन वैली गाने लैके विवाद उठा ते हुण एक होर गाने लैके विवाद खड़ा हुंदा जा रहा। ये जिहड़े सज्जन साडे नाल खड़े ने इन्हां नूं उस गाने दे उपर इतराज है। जिहड़े बोल शनिदेव महाराज जी दे बारे बोले गए ने उन्हां बोलां दे उपर इतराज है। हाँ जी सर, की तुहानूं इतराज है? किहड़ा गाना हैगा, क्यों इतराज है, किहड़े बोलां ते इतराज है? ਤੇ ਉਸ ਗਾਣੇ ਦੇ ਵਿੱਚ ਇਹਨੇ ਸ਼ਨੀ ਮਹਾਰਾਜ ਬਾਰੇ ਗਲਤ ਬੋਲਿਆ ਔਰ ਬੋਲਿਆ ਕਿ ਮੈਂ ਸ਼ਨੀ ਨੂੰ ਡੱਬ ਵਿੱਚ ਰੱਖਾਂ। ਦੇਵੀ ਦੇਵਤਾ ਕੋਈ ਵੀ ਹੋਵੇ, ਰਿਸ਼ੀ ਮੁਨੀ ਹੋਵੇ, ਕੋਈ ਵੀ ਗੁਰੂ ਪੀਰ ਫਕੀਰ ਹੋਵੇ, ਕਿਸੇ ਦੇ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ। ਸ਼ਨੀ ਦੇਵ ਮਹਾਰਾਜ ਤਾਂ ਨਿਆਂ ਦੇ ਦੇਵਤਾ ਖੁਦ, ਇਸ ਲਈ ਅਸੀਂ ਅੱਜ ਜੋ ਹੈ ਇਹ ਮੋਰਚਾ ਖੋਲ੍ਹਿਆ। ਤੁਸੀਂ ਹੁਣ ਇਸ ਗਾਣੇ ਨੂੰ ਲੈ ਕੇ ਇਤਰਾਜ਼ ਕਿਹਨਾਂ ਕੋਲ ਕੀਤਾ, ਕਿਹਨਾਂ ਨੂੰ ਸ਼ਿਕਾਇਤ ਕੀਤੀ ਹੈ? ਅਸੀਂ ਸੀਪੀ ਸਾਹਿਬ ਨੂੰ ਹਲੇ ਸ਼ਿਕਾਇਤ ਕਰਨੀ ਹੈ। ਵੈਸੇ ਅਸੀਂ ਰਿਟਰਨ ਦੇ ਵਿੱਚ ਆਪਣੀ ਫਾਈਲ ਬਣਾ ਲਈ ਹੈ। ਤਾਂ ਕੀ ਚਾਹੁੰਦੇ ਤੁਸੀਂ ਕਿ ਇਹ ਗਾਣਾ ਡਿਲੀਟ ਕੀਤਾ ਜਾਵੇ, ਗਾਣਾ ਬੰਦ ਹੋਵੇ, ਜਾਂ ਬੋਲ ਬਦਲੇ ਜਾਣ, ਕੀ ਜਾਂ ਗਾਇਕ ਮਾਫੀ ਮੰਗੇ? ਮਾਫੀ ਮੰਗਣੀ ਵੀ ਬਹੁਤ ਛੋਟੀ ਗੱਲ ਹੈ, ਬਾਰ ਬਾਰ ਇਹ ਕੰਮ ਨਹੀਂ ਹੋਣੇ ਚਾਹੀਦੇ। ਪਰ ਸ਼ਨੀ ਦੇ ਮਹਾਰਾਜ ਜੀ ਦੇ ਤਾਂ ਬਹੁਤ ਸਾਰੇ ਉਪਾਸਕ ਹੈਗੇ ਨੇ, ਬਹੁਤ ਸਾਰੇ ਭਗਤ ਹੈਗੇ ਨੇ, ਪਰ ਇਤਰਾਜ਼ ਇਕੱਲੇ ਤੁਹਾਨੂੰ ਹੀ ਕਾ ਤੁਹਾਨੂੰ? ਨਹੀਂ ਨਹੀਂ, ਪੂਰੀ ਨਹੀਂ। ਗਾਣੇ ਬੈਨ ਹੋਵੇ, ਐਸੇ ਸਿੰਗਰਾਂ ਨੂੰ ਹੀ ਬੈਨ ਕਰੋ ਜਿਹੜੇ ਆਪਣੇ ਪਬਲਿਕ ਸਟੰਟ ਵਾਸਤੇ ਇਹੋ ਜਿਹੀਆਂ ਗੇਮਾਂ ਖੇਡਦੇ। ਅਸੀਂ ਸੀਪੀ ਸਾਹਿਬ ਨੂੰ ਇਹੀ ਬੇਨਤੀ ਕਰਾਂਗੇ ਕਿ ਇਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਇਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਔਰ ਇਹਨਾਂ ਨੂੰ ਅਕਲ ਆਵੇ। ਪੰਜਾਬੀ ਗਾਣਿਆਂ ਦੇ ਨਾਲ ਲਗਾਤਾਰ ਵਿਵਾਦ ਜੁੜਦਾ ਜਾ ਰਿਹਾ ਹੈ। ਪਹਿਲਾਂ ਜਿੱਥੇ ਅਰਜੁਨ ਵੈਲੀ ਗਾਣੇ ਨੂੰ ਲੈ ਕੇ ਵਿਵਾਦ ਉੱਠਿਆ ਤੇ ਹੁਣ ਇੱਕ ਹੋਰ ਗਾਣੇ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਜਾ ਰਿਹਾ। ਪੰਜਾਬੀ ਗਾਇਕ ਗੁਰਨਾਮ ਮਾਨ ਨੇ ਇੱਕ ਗੀਤ ਗਾਇਆ ਜਿਸ ਦੇ ਵਿੱਚ ਸ਼ਨੀ ਮਹਾਰਾਜ ਦੀ ਗੱਲ ਕੀਤੀ ਗਈ ਹੈ, ਪਰ ਇਹ ਜਿਹੜੇ ਸੱਜਣ ਸਾਡੇ ਨਾਲ ਖੜੇ ਨੇ ਇਹਨਾਂ ਨੂੰ ਉਸ ਗਾਣੇ ਦੇ ਉੱਪਰ ਇਤਰਾਜ਼ ਹੈ। ਜਿਹੜੇ ਬੋਲ ਸ਼ਨੀਦੇਵ ਮਹਾਰਾਜ ਜੀ ਦੇ ਬਾਰੇ ਬੋਲੇ ਗਏ ਨੇ ਉਹਨਾਂ ਬੋਲਾਂ ਦੇ ਉੱਪਰ ਇਤਰਾਜ਼ ਹੈ। ਕੀ ਇਤਰਾਜ਼ ਹੈਗਾ, ਕਿਉਂ ਵਿਵਾਦਾਂ ਦੇ ਵਿੱਚ ਕੀ ਆ ਰਿਹਾ, ਇਸ ਬਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਤੁਹਾਨੂੰ ਇਤਰਾਜ਼ ਹੈ? ਕਿਹੜਾ ਗਾਣਾ ਹੈਗਾ, ਕਿਉਂ ਇਤਰਾਜ਼ ਹੈ, ਕਿਹੜੇ ਬੋਲਾਂ ਤੇ ਇਤਰਾਜ਼ ਹੈਗਾ? ਇਹ 9 ਦਿਨ ਹੋ ਗਏ ਜੀ, ਗੁਰਨਾਮ ਮਾਨ ਇੱਕ ਸਿੰਗਰ ਹੈ ਜਿਹਨੇ ਪਿੱਛੇ ਇੱਕ ਗਾਣਾ ਕੱਢਿਆ ਹੈ ਕੈਨਵਾ, ਤੇ ਉਸ ਗਾਣੇ ਦੇ ਵਿੱਚ ਇਹਨੇ ਸ਼ਨੀ ਮਹਾਰਾਜ ਬਾਰੇ ਗਲਤ ਬੋਲਿਆ ਔਰ ਬੋਲਿਆ ਕਿ ਮੈਂ ਸ਼ਨੀ ਨੂੰ ਡੱਬ ਵਿੱਚ ਰੱਖਾਂ। ਦੇਖੋ, ਦੇਵੀ ਦੇਵਤਾ ਕੋਈ ਵੀ ਹੋਵੇ, ਰਿਸ਼ੀ ਮੁਨੀ ਹੋਵੇ, ਕੋਈ ਵੀ ਗੁਰੂ ਪੀਰ ਫਕੀਰ ਹੋਵੇ, ਕਿਸੇ ਦੇ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਦੇਖੋ, ਹਿੰਦੂ ਦੇਵੀ ਦੇਵਤਿਆਂ ਦੇ ਉੱਪਰ ਹੀ ਬਾਰ ਬਾਰ ਇਹ ਗਲਤ ਕਿਉਂ ਬੋਲਿਆ ਜਾਂਦਾ? ਪਿੱਛੇ ਮਾਤਾ ਰਾਣੀ ਬਾਰੇ ਕਿਸੇ ਨੇ ਗਲਤ ਬੋਲ ਦਿੱਤਾ ਸੀ, ਹੁਣ ਮੈਂ ਨਾਮ ਨਹੀਂ ਲੈਣਾ ਚਾਹਾਂਗਾ, ਮਗਰ ਹੁਣ ਸ਼ਨੀਦੇਵ ਮਹਾਰਾਜ ਜੀ ਜੋ ਨਿਆਂ ਦੇ ਦੇਵਤਾ ਹੈ, ਨਿਆਂ ਕਰਦੇ ਨੇ, ਉਹਨਾਂ ਦੇ ਉੱਪਰ ਇਹ ਭੱਦੀ ਸ਼ਬਦਾਵਲੀ ਕੀਤੀ ਗਈ ਹੈ ਕਿ ਮੈਂ ਸ਼ਨੀ ਨੂੰ ਡੱਬ 'ਚ ਰੱਖਾਂ। ਸ਼ਨੀ ਨੂੰ ਕੌਣ ਡੱਬ 'ਚ ਰੱਖ ਸਕਦੇ ਨੇ? ਸ਼ਨੀਦੇਵ ਮਹਾਰਾਜ ਤਾਂ ਨਿਆਂ ਦੇ ਦੇਵਤਾ ਖੁਦ, ਇਸ ਲਈ ਅਸੀਂ ਅੱਜ ਜੋ ਹੈ ਇਹ ਮੋਰਚਾ ਖੋਲ੍ਹਿਆ ਕਿ ਇਹਦੇ ਖਿਲਾਫ਼ ਬੋਲਾਂਗੇ ਔਰ ਅਸੀਂ ਜਿੰਨਾ ਵੀ ਹੋ ਸਕੇ ਇਹ ਗਾਣੇ ਨੂੰ ਬੰਦ ਕਰਵਾਉਣ ਦਾ। ਤੁਸੀਂ ਹੁਣ ਇਸ ਗਾਣੇ ਨੂੰ ਲੈ ਕੇ ਇਤਰਾਜ਼ ਕਿਹਨਾਂ ਕੋਲ ਕੀਤਾ, ਕਿਹਨਾਂ ਨੂੰ ਸ਼ਿਕਾਇਤ ਕੀਤੀ ਹੈ? ਅਸੀਂ ਸੀਪੀ ਸਾਹਿਬ ਨੂੰ ਹਲੇ ਸ਼ਿਕਾਇਤ ਕਰਨੀ ਹੈ। ਵੈਸੇ ਅਸੀਂ ਰਿਟਰਨ ਦੇ ਵਿੱਚ ਆਪਣੀ ਫਾਈਲ ਬਣਾ ਲਈ ਹੈ ਔਰ ਜਿੰਨੀ ਵੀ ਬਣਦੀ ਕਾਰਵਾਈ ਅਸੀਂ ਕੀਤੀ ਜਾਵੇਗੀ। ਤਾਂ ਕੀ ਚਾਹੁੰਦੇ ਤੁਸੀਂ ਕਿ ਇਹ ਗਾਣਾ ਡਿਲੀਟ ਕੀਤਾ ਜਾਵੇ, ਗਾਣਾ ਬੰਦ ਹੋਵੇ, ਜਾਂ ਬੋਲ ਬਦਲੇ ਜਾਣ, ਕੀ ਜਾਂ ਗਾਇਕ ਮਾਫੀ ਮੰਗੇ? ਮਾਫੀ ਮੰਗਣੀ ਵੀ ਬਹੁਤ ਛੋਟੀ ਗੱਲ ਹੈ, ਬਾਰ ਬਾਰ ਇਹ ਕੰਮ ਨਹੀਂ ਹੋਣੇ ਚਾਹੀਦੇ ਕਿਸੇ ਵੀ ਦੇਵੀ ਦੇਵਤੇ ਬਾਰੇ। ਜ਼ਰੂਰੀ ਨਹੀਂ ਅਸੀਂ ਸ਼ਨੀਦੇਵ ਮਹਾਰਾਜ ਦੇ ਬਾਰੇ ਕਹੀਏ, ਕੋਈ ਵੀ ਦੇਵੀ ਦੇਵਤਾ ਹੈ, ਕੋਈ ਸਾਧੂ ਸੰਨਿਆਸੀ ਹੈ, ਕੋਈ ਗੁਰੂ ਪੀਰ ਫਕੀਰ ਹੈ, ਕਿਸੇ ਦੇ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ। ਮੈਂ ਤਾਂ ਇਹੀ ਕਹਾਂਗਾ। ਮੈਂ ਅੰਤਰਰਾਸ਼ਟਰੀ ਸੂਰਜਵੰਸ਼ੀ ਅਖਾੜੇ ਤੋਂ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਦੀ ਪਦਵੀ 'ਤੇ ਹਾਂ। ਮੇਰਾ ਇਹ ਪੂਰਾ ਸੰਕਲਪ ਬਣਦਾ ਹੈ ਕਿ ਜੋ ਐਸੇ ਲੋਕ ਨੇ ਜਿਹੜੇ ਕਿ ਇੱਕ ਪਬਲਿਕ ਸਟੰਟ ਵਾਸਤੇ, ਇੱਕ ਪਬਲਿਸਿਟੀ ਵਾਸਤੇ ਸ਼ਨੀਦੇਵ ਜੀ ਨੂੰ ਬੜਾ ਕੁਛ ਕਹਿ ਸਕਦੇ ਨੇ ਔਰ ਇਹਨਾਂ ਲੋਕਾਂ ਲਈ ਕਹਿਣਾ ਬੜੀ ਆਸਾਨ ਗੱਲ ਹੈ। ਪਰ ਸ਼ਨੀ ਦੇ ਮਹਾਰਾਜ ਜੀ ਦੇ ਤਾਂ ਬਹੁਤ ਸਾਰੇ ਉਪਾਸਕ ਹੈਗੇ ਨੇ, ਬਹੁਤ ਸਾਰੇ ਭਗਤ ਹੈਗੇ ਨੇ, ਪਰ ਇਤਰਾਜ਼ ਇਕੱਲੇ ਤੁਹਾਨੂੰ ਹੀ ਕਾ ਤੋਂ ਹੈਗਾ? ਨਹੀਂ ਨਹੀਂ, ਸਾਰਿਆਂ ਨੂੰ ਉਪਾਸਕਾਂ ਨੂੰ ਸਾਡੇ ਨੂੰ ਇਤਰਾਜ਼ ਹੈਗਾ। ਅਸੀਂ ਕਪੂਰਥਲੇ ਵਿੱਚ ਵੀ ਸਾਡੇ ਜਿਹੜੇ ਸ਼ਨੀ ਮੰਦਰ ਵਾਲੇ ਆ ਉਹਨਾਂ ਨੇ ਆਪਣਾ ਦਰਜ ਕਰਾਇਆ ਮਾਮਲਾ। ਅੰਮ੍ਰਿਤਸਰ ਵੀ ਸ਼ਨੀ ਮੰਦਰ ਵਾਲਿਆਂ ਨੇ ਮਾਮਲਾ ਦਰਜ ਕਰਾਇਆ ਸੀਪੀ ਸਾਹਿਬ ਨੂੰ। ਉੱਥੇ ਲੁਧਿਆਣੇ ਵਿੱਚ ਵੀ ਜਿੱਥੇ ਜਿੱਥੇ ਵੀ ਸ਼ਨੀ ਭਗਤ ਹੈਗੇ ਨੇ ਸਾਡੇ ਤੇ, ਮਹਾਰਾਸ਼ਟਰ ਦੇ ਵਿੱਚ ਵੀ, ਮੈਂ ਤੁਹਾਨੂੰ ਲਾਈਵ ਐਪਲੀਕੇਸ਼ਨ ਦਿਖਾਵਾਂਗਾ, ਉਹਨਾਂ ਨੂੰ ਮਰਾਠੀ 'ਚ ਲਿਖ ਕੇ ਬਕਾਇਦਾ ਉੱਥੇ ਦੇ ਸੀਪੀ ਨੂੰ ਦਿੱਤੀ ਹੈ ਕਿ ਇਹ ਜਿਹੜਾ ਗਾਣਾ ਹੈ ਬੈਨ ਹੋਣਾ ਚਾਹੀਦਾ।
जरूरी नहीं है गाने बैन होवे, ऐसे सिंगरां नूं ही बैन करो जिहड़े अपने पब्लिक स्टंट वास्ते इहो जिहियां गेमां खेडदे ने। पर इस तरह बहुत सारे विवाद जुड़ जांदे ने गीतां दे नाल, कई बार गुरुआं महाराज दे बारे दे विच इस तरह दे शब्द बोल दित्ते जांदे ने, बाद च गाना चल जांदा, उहनां दा कम्म हो जांदा ते अगले माफ़ी मंग के साड़ लैंदे टाइम। नहीं, हुण माफ़ी मंगण वाला समां नहीं है, हुण कानूनी कार्रवाई का समां है। असीं सीपी साहब नूं इही बेनती करांगे कि इहनां दे बंदी कानूनी कार्रवाई की जाए, इहनां दे पासपोर्ट जब्त किए जाण और इहनां नूं अकल आवे कि कल नूं हुण इहदे विच उह गाण वाला सिंगर ही गुनहगार नहीं है, लिखण वाला लिखारी भी गलत है ते प्रोड्यूस करन वाला प्रोड्यूसर भी गलत है। यह तिना की कार्रवाई होनी चाहिए है कि तिना शनिदेव जी बारे पता नहीं सी, सब पता सीगा, मगर फिर भी एक पब्लिक स्टंट वास्ते उन्होंने ये जो कदम चुकया। पर कलाकार इदा वार वार क्यों कर रहे हैं? नहीं, ये मैं नहीं कहाँगा, यह पब्लिक स्टंट है, सिर्फ मैं कहाँगा यह पब्लिक स्टंट वास्ते, अपने व्यूज वधाने वास्ते कि पब्लिक हूँ देखो कुछ दिन पहला जो ये गाना आया सानू पता लग गया उदो व्यूज सीगे मसा 50-60 हज़ार, अज 3 लाख तो उपर व्यूज है, यह सिर्फ स्टंट ही तो है। जिन्होंने कोई नहीं पुछता तो सिंगर की इदा ही जय जयकार होनी शुरू हो जाती है, जो किसी देवी देवते बारे कुछ बोल दिंदा लोग फिर गलत कमेंट करते हैं। तो मैं अपने सारे भैन भरावों बेनती करा कि ऐसे बंदे का विरोध करो, ऐसे बंदे का समर्थन ना करो, क्योंकि ऐसे लोग जो अज सू गलत बोल रहे हैं, साढ़े देवी देवत गलत बोल रहे हैं, कल किसी होर भी बोलन। सरकार तो की अपील हैगी है मोदी साहब न भगवंत मान साहब न? देखो मोदी साहब न कह लो चाहे भगवंत मान साहब न कह लो, सारू सा यही अपील है कि ऐसे सिंगर उत्ते बनती कार्रवाई करो, जोड़ा भी कोई किसी देवी देवता के दे खिलाफ गुरु पीर के खिलाफ कोई बोलता है उन्होंने कार्रवाई होनी चाहिए है। तो ये सन बाबा जी होनी जिन्होंने इतराज किया कि जो गुरु नाम मान का एक गीत आया जिस शनिदेव महाराज बारे गलत बोलिया गया, गलत किया गया, तो उस गल के उपर इन्होंने इतराज किया। तो हम जलंधर के पुलिस कमिश्नर यह शिकायत दे जा रहे हैं जिस शिकायत उस गायक ते उस लिखण वाले जिहड़े गीतकार ने उसके खिलाफ कार्रवाई की मांग की जा रही है। सरकारां तों भी इन्होंने मांग की है कि भविख विच इस तरह की कोई दिक्कत ना आवे, इस तरह के गायक अपने व्यूज की खातर अपने आप नूं उच्चा चुकन की खातर किसी गुरु महाराज का जिहड़ा नाम ना वरत सकन, इस करके इस नूं लैके सरकारां नूं भी जिहड़े सख्त कदम चकने चाहिए ने। कैमरामैन जसविंदर के नाल इंद्रजीत सिंह चाल, NRA TV जलंधर।